ਕੁਰਜੀ ਕੇ ਫਤੇ ਭਾਈ ਦਿਵਿੰਦਰ ਸਿੰਘ ਹੁਣਾ ਦੇ ਡੇਰਾਬਾਦ ਬਾਰੇ ਜੋਗਤ ਕਿਆ ਪਿਛਲੇ ਅ ਮਹੀਨੇ ਦੀ ਗੱਲ ਆ ਕੇ ਮੇਰੇ ਕੋ ਵੀ ਇੱਕ ਆ ਗਿਆ ਆਪਣੇ ਗੁਰੂ ਘਰਾਂ ਚੋਂ ਨਾ ਉਹ ਨਾਲ ਆਏ ਤੇ ਲੈ ਗਿਆ ਆਂਦੇ ਜੀ ਇਹ 108 ਸਾਲਾਂ ਸਾਧ ਨੇ ਇਹਨਾਂ ਨੂੰ ਇਹਨਾਂ ਨੂੰ ਟਾਈਮ ਦਿਓ ਮਹਿਬ ਜੀ ਮਹਿਬ ਸਾਡੇ ਟਾਈਮ ਦੀ ਬੜੀ ਅੱਜ ਇਹ ਪ੍ਰੋਗਰਾਮ ਆ ਤੇ ਇਹਨਾਂ ਨੂੰ ਅਸੀਂ 20 ਮਿੰਟ ਦੇਵਾਂਗੇ ਆਂਦੇ ਜੀ ਨਹੀਂ ਜੀ ਇਹਨਾਂ ਨੂੰ ਘਾਟੋ ਕੱਢ ਇੱਕ ਘੰਟਾ ਦੇ ਦਿਓ ਤੇ ਫੇਰ ਕਹਿਣ ਲੱਗੇ ਕਿ ਇਹ ਸੰਗਤ ਦੇ ਵਿੱਚ ਕਿ ਇਹਨਾਂ ਨੂੰ ਇਹ ਆਇਆ ਕਿੱਤਰ ਹੋ ਜੀ ਇਹ ਉੱਥੇ ਬੜੇ ਪਰਵਪਕਾਰ ਦਾ ਕੰਮ ਕਰ ਰਹੇ ਨੇ ਤੇ ਉਹ ਮਹਿਬ ਜੀ ਇਹ ਇੱਕ 108 ਸਾਲਾ ਇਹ ਐਂੀਆਂ ਇਹਨਾਂ ਕੋਈ ਕਲਾ ਨਹੀਂ ਭਰਪੂਰ ਨੇ ਤੇ ਇੱਥੇ ਆਣ ਕੇ ਤੇ ਡਾਲਰ ਡਾਲਰ ਮੰਗਦੇ ਫਿਰਦੇ ਆ ਤੇ ਉੱਥੇ ਬਹਿ ਕੇ ਕਿਉਂ ਨਹੀਂ ਕੰਮ ਕਰ ਲੈਂਦੇ ਆ ਇਹੋ ਜੀਆਂ ਇਹੋ ਜੀ ਸੋਚ ਸਾਡੀ ਸਿਕਾਂ ਦੀ ਹੋ ਚੁੱਕੀ ਆ ਸਾਨੂੰ ਇਹਨਾਂ ਤੋਂ ਬਚਣ ਦੀ ਲੋੜ ਆ ਹੁਣ ਮੈਂ ਬੇਨਤੀ ਕਰਾਂਗਾ ਪ੍ਰੋਫੈਸਰ ਗੁਰਦਾਸ ਸਿੰਘ ਢਿੱਲੋਂ ਜੋ ਕਿ ਪੰਜਾਬੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਔਰ ਪੰਜਾਬ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪਟਾਵਰ ਇਤਿਹਾਸ ਵਿਭਾਗ ਦੇ ਮੁਖੀ ਨੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਵਿਚਾਰ ਸਾਧ ਸੰਗਤ ਦੇ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਕੀ ਫਤਿਹ ਵੈਸੇ ਮੈਨੂੰ ਆਪਣੇ ਆਪ ਤੇ ਵੀ ਤੇ ਤੁਹਾਡੇ ਸਾਰਿਆਂ ਦੇ ਤਸ ਬਹੁਤ ਆ ਰਿਹਾ ਤੁਹਾਡੇ ਨਾਲ ਬਹੁਤ ਜ਼ਾਤਤੀ ਹੋ ਰਹੀ ਆ ਔਰ ਉਸ ਗੱਲ ਦਾ ਮੈਨੂੰ ਅਹਿਸਾਸ ਆ ਪਰ ਮੈਂ ਇੱਕ ਗੱਲ ਐਪਰੀਸ਼ੀਏਟ ਕਰੀ ਸੈਕਟਰੀ ਸਾਹਿਬ ਦੀ ਜਨਰਲੀ ਜਿੰਨੀਆਂ ਸੁਭਾਵਾਂ ਵਿੱਚ ਜਾਂ ਸੈਮੀਨਾਰਾਂ ਤੇ ਜਾਂਦੇ ਆ ਸਟੇ ਸੈਕਟਰੀ ਤਕਰੀਬਨ ਅੱਧਾ ਟਾਈਮ ਖਾ ਜਾਂਦਾ ਇਹਨਾਂ ਨੇ ਮਿਨੀਮਮ ਟਾਈਮ ਲਾਇਆ ਤੋਂ ਮੈਂ ਇਹਨਾਂ ਨੂੰ ਇਸ ਗੱਲ ਲਈ ਦਾਤ ਦਿਨਾ ਮੈਂ ਥੋੜਾ ਜਿਹਾ ਗੱਲ ਹਟ ਕੇ ਰਿਲੈਕਸ ਹੋ ਜਾਓ ਕੋਈ ਐਸੀ ਟੈਨਸ਼ਨ ਵਾਲੀ ਗੱਲ ਨਹੀਂ ਹੈ ਰਿਲੈਕਸ ਹੋ ਜਾਓ ਆਰਾਮ ਨਾਲ ਗੱਲਾਂ ਕਰਾਂਗੇ ਮੈਂ ਕੋਈ ਉਸ ਕਿਸਮ ਦੀ ਗੱਲ ਨਹੀਂ ਕਰਨੀ ਜਿਸ ਕਿਸਮ ਦੀ ਗੱਲ ਦੀ ਸਟਰੀਕ ਮੇ ਤੋਂ ਪਹਿਲੇ ਸਾਰੇ ਸਪੀਕਰਸ ਕਰ ਚੁੱਕੇ ਜੇ ਮੈਂ ਉਹਨੂੰ ਏਡੀਅਮ ਚ ਫਿਕਸ ਅਪ ਕਰਦਿਆਂ ਕਿ ਸ਼ੁਰੂ ਤੋਂ ਲੈ ਕੇ ਸਰਦਾਰ ਗੰਗਾ ਸਿੰਘ ਦੀ ਢਿੱਲੋਂ ਮੈਂ ਉਹਨਾਂ ਦਾ ਕ੍ਰਿਟਿਸਿਜ਼ਮ ਨਹੀਂ ਕਰ ਰਿਹਾ ਮੇਰੇ ਬੜੇ ਕਰੀਬੀ ਦੋਸਤ ਆ ਹਰਿੰਦਰ ਸਿੰਘ ਹਣੀ ਮੇਰੇ ਬੜੇ ਕਰੀਬੀ ਦੋਸਤ ਆ ਆਪਣੇ ਡਾਕਟਰ ਸਾਹਿਬ ਮੇਰੇ ਬੜੇ ਸੀਨੀਅਰ ਵੀ ਆ ਮੇਤੋਂ ਗੁਰਨਾਮ ਕੌਰ ਵੀ ਬਹੁਤ ਮੇਰੇ ক্লোਜ਼ ਆ ਸਾਡੀ ਭੈਣਾ ਵਰਗੀ ਆ ਹੋਰ ਵੀ ਡਾਕਟਰ ਨਿਹਾਲ ਨੇ ਨਹੀਂ ਉਹ ਗੱਲ ਕਹੀ ਨਾਹਲ ਨੇ ਉਹ ਹੈ ਸਿੱਖ ਬੈਸ਼ਿੰਗ ਸਿੱਖ ਬੈਸ਼ਿੰਗ ਦਾ ਮਤਲਬ ਕੀ ਹੈ ਕਿ ਅਸੀਂ ਸਿੱਖੀ ਨੂੰ ਸਿੱਖਾਂ ਨੂੰ ਡੰਡੇ ਮਾਰ ਰਹੇ ਹਾਂ ਵੀ ਤੁਸੀਂ ਤੁਸੀਂ ਨਲਾਇਕ ਤੁਹਾਨੂੰ ਕਿਸੇ ਗੱਲ ਦੀ ਅਕਲ ਨਹੀਂ ਤੁਸੀਂ ਕੁਝ ਕਰ ਨਹੀਂ ਸਕਦੇ ਤੁਸੀਂ ਕੁਝ ਅਚੀਵ ਨਹੀਂ ਕਰ ਸਕਦੇ ਮੈਂ ਤਾਂ ਇਤਿਹਾਸ ਦਾ ਵਿਦਿਆਰਥੀ ਹਾਂ ਹਿਸਟਰੀ ਲਿਖਣਾ ਹਿਸਟਰੀ ਪੜ੍ਹਾਉਣਾ ਮੇਰਾ ਪ੍ਰੋਫੈਸ਼ਨ ਪਰ ਮੈਂ ਜੇ ਉਸ ਸਕਿੱਲ ਨਾਲ ਦੇਖਣ ਦੀ ਕੋਸ਼ਿਸ਼ ਕਰਾਂ ਤਾਂ ਮੈਨੂੰ ਤਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਕਿ ਸਿੱਖ ਜਮਾ ਹੀ ਪਿਟਗੇ ਸਿੱਖ ਜਮਾ ਹੀ ਫੇਲ ਹੋਗੇ ਸਿੱਖਾਂ ਦਾ ਕੋਈ ਫਿਊਚਰ ਨਹੀਂ ਹੈ ਮੈਨੂੰ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਜ਼ਰ ਨਹੀਂ ਆਉਂਦੀ ਮੈਂ ਬਾਹਰਲੇ ਮੁਲਕਾਂ 'ਚ ਘੁੰਮਦਾ ਮੈਂ ਬਹੁਤ ਘੁੰਮਦਾ ਰਹਿਣਾ ਹਿੰਦੁਸਤਾਨ 'ਚ ਵੀ ਘੁੰਮਦਾ ਰਹਿਣਾ ਮੈਂ ਮੇਰਾ ਖਿਆਲ ਆ 365 ਦਿਨਾਂ 'ਚੋਂ ਘੱਟ ਦਿਨ ਆਪਣੇ ਘਰੇ ਰਹਿਣਾ ਨਹੀਂ ਬਹੁਤਾ ਮੈਂ ਬਾਹਰ ਹੀ ਰਹਿਣਾ ਅੱਜ ਜਿਹੜੀ ਸਿੱਖ ਹੈ ਐਸ ਖਾਸ ਤੌਰ ਦੇ ਉੱਤੇ ਵੈਸਟਰਨ ਵਰਲਡ 'ਚ ਬਹੁਤ ਤਰੱਕੀ ਕਰ ਰਹੀ ਹੈ ਅੱਜ ਤੁਸੀਂ ਇੰਨੇ ਮੇਰੇ ਖਿਆਲ 150 200 ਸਿੱਖ ਬੈਠੇ ਆ 150 200 ਸਿੱਖ ਬੈਠੇ ਆ ਸਾਰੇ ਤੁਸੀਂ ਬੜੇ ਗੁਰਸਿੱਖੋ ਬੜੇ ਕਮਾਲ ਦੇ ਹੋ ਮੈਂ ਤਾਂ ਇਹੋ ਜਿਹੇ ਸਿੱਖ ਕਿਤੇ ਉੱਥੇ ਹਿੰਦੁਸਤਾਨ ਚ ਦੇਖੇ ਹੀ ਨਹੀਂ ਕਿੰਨੇ ਸ਼ਾਨਦਾਰ ਗੁਰਦੁਆਰੇ ਕਿੰਨੀਆਂ ਵਧੀਆ ਗੱਲਾਂ ਜਗ੍ਹਾ 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 ਗੁਰਦੁਆਰੇ 24 ਘੰਟੇ ਲੰਗਰ ਚੱਲ ਰਹੇ ਬਹੁਤ ਸਾਰਾ ਦਿੰਦਾ ਟਾਈਮ ਸਾਰਾ ਹਫ਼ਤਾਵਾਰੀ ਕੀਰਤਨ ਹੋ ਰਿਹਾ ਸ਼ੈਲਟਰ ਮਿਲ ਰਹੀ ਹੈ ਪਨਾਹ ਮਿਲ ਰਹੀ ਹੈ ਲੰਗਰ ਮਿਲ ਰਿਹਾ ਰਜਾਈ ਮਿਲ ਰਹੀ ਕਮਰਾ ਠੀਕ ਮਾਲ ਦੀ ਗੱਲ ਆ ਇਸ ਗੱਲ ਤੇ ਤਾਂ ਸਾਰੀ ਵੈਸਟਰਨ ਵਰਡ ਵੰਡਰਸਟੈਕ ਆ ਇਸ ਨੂੰ ਮਾਈਕਰੋਸਕੋਪਲੀਕੀ ਸਕੋਪਿਕਲੀ ਐਗਜ਼ਾਮਨ ਕਰਕੇ ਦੇਖੋ ਇਹ ਤੁਹਾਡੇ ਖਾਲਿਸਤਾਨ ਆ ਛੋਟੇ ਛੋਟੇ ਟਾਪੂ ਆ ਖਾਲਿਸਤਾਨ ਦੇ ਇਹਦਾ ਇੱਕ ਕੰਪੈਰੀਸ਼ਨ ਕਰੀਏ ਆਪਣੇ ਆਪ ਦੀ ਗੱਲਾਂ ਕਰੀ ਉਹਨੂੰ ਜਰਾ ਤੁਸੀਂ ਦੂਸਰੀਆਂ ਕਮਿਊਨਿਟੀ ਸੇਅਰ ਕਰਕੇ ਦੇਖੋ ਅਸੀਂ ਸਾਰੀ ਹਿੰਦੁਸਤਾਨ ਦੀ ਆਬਾਦੀ ਦਾ 1.5% ਡੇੜ ਜਾਂ ਪੌਣੇ 2 ਹੋਵਾਂਗੇ 80% ਜਿਹੜੀ ਆਬਾਦੀ ਆ ਉਹ ਹਿੰਦੂ ਧਰਮ ਨੂੰ ਮੰਨਦੀ ਆ ਸਾਰੇ ਇੰਗਲੈਂਡ ਦੇ ਵਿੱਚ ਯੂਕੇ ਦੇ ਵਿੱਚ ਸਿੱਖਾਂ ਦੀ ਆਬਾਦੀ ਮੇਰੇ ਖਿਆਲ ਪੰਜ 5.5 ਲੱਖ ਆ ਤੇ ਇਸ ਦੇ ਮੁਕਾਬਲੇ ਚ ਹਿੰਦੂਆਂ ਦੀ ਆਬਾਦੀ 14 ਲੱਖ ਆ ਤੇ ਉੱਥੇ ਇੱਕੋ ਹੀ ਮੰਦਿਰ ਆ ਇੱਕ ਹੋਰ ਇੱਕ ਹੀ ਮੰਦਿਰ ਆ ਔਰ ਇਸ ਦੀ ਇੱਕ ਹੋਰ ਬਿਊਟੀ ਆ ਇੱਕ ਹੋਰ ਖੂਬਸੂਰਤੀ ਆ ਉਹ ਆਪਣੇ ਗ੍ਰੇਂਜਰ ਨੂੰ ਤਾਂ ਐਪਰੀਸ਼ੀਏਟ ਕਰੋ ਧੋਦੋਗੇ ਇਹ ਤੁਹਾਨੂੰ ਡੀਮੋਰਲਾਈਜ਼ ਕਰ ਦੇਣਗੇ ਸਾਰੇ ਜਿਹੜੇ ਬੋਲ ਕੇ ਕਹਿੰਦੇ ਨਾ ਬਲਾਰੇ ਤੁਹਾਨੂੰ ਬਿਲਕੁਲ ਡੀਮੋਰਲਾਈਜ਼ ਕਰ ਦੇਵੋ ਹੈਵ ਕੰਫੀਡੈਂਸ ਇਨ ਯੋਰਸੈਲਫ ਐਂਡ ਫੀਲ ਸੈਟੀਸਫਾਈਡ ਵਾਟ ਯੂ ਹੈਵ ਅਚੀਵਡ ਐਂਡ ਯੂ ਹੈਵ ਅਚੀਵਡ ਰਿਮਾਰਕਬਲ ਇਕੋ ਮੰਦਿਰ ਆ ਸਾਰੇ ਯੂਕੇ ਦੇ ਵਿੱਚ ਬਣਾਇਆ ਉਹ ਹੰਡੂਜਾਸ ਨੇ ਬਣਾਇਆ ਇੱਕ ਇੰਡਸਟਰੀਲਿਸਟ ਹੰਡੂਜਾ ਉਸਨੇ ਉਹ ਮੰਦਿਰ ਬਣਾਇਆ ਜਿਹੜੇ ਬਫਰਸ ਤੇ ਫਸ ਗਏ ਸੀਗੇ ਲੇਕਿਨ ਮੇਰਾ ਆਪਣਾ ਖਿਆਲ ਆ ਅੰਦਾਜ਼ਾ ਘੱਟ ਤੋਂ ਘੱਟ 60 70 ਗੁਰਦੁਆਰੇ ਜ਼ਰੂਰ ਹੋਣਗੇ ਸਾਰੇ ਯੂਕੇ ਦੇ ਵਿੱਚ ਇੰਗਲੈਂਡ ਸਕਾਟਲੈਂਡ ਤੇ ਆਇਰਲੈਂਡ ਨੂੰ ਮਿਲਾ ਉਹ ਉਹ ਗੁਰਦੁਆਰੇ ਕਿਹਨੇ ਬਣਾਏ ਉਹ ਸੰਗਤ ਨੇ ਬਣਾਏ ਆ ਕਿਸ ਦੇ ਆਦੇਸ਼ ਦੇ ਉੱਤੇ ਸੰਗਤ ਨੇ ਬਣਾਏ ਆ ਗੁਰੂ ਦੇ ਆਦੇਸ਼ ਦੇ ਉੱਤੇ ਸੰਗਤ ਨੇ ਬਣਾਏ ਉਹ ਕਿਸੇ ਮਿੱਤਲ ਦੇ ਜਾਂ ਕਿਸੇ ਇੰਡੀਵਿਜੂਅਲ ਦੇ ਬਣਾਏ ਹੋਏ ਗੁਰਦੁਆਰੇ ਨਹੀਂ ਉਹ ਗੁਰੂ ਦੇ ਗੁਰਦੁਆਰੇ ਬਣਾਏ ਐ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਇਸੇ ਤਰ੍ਹਾਂ ਆਇਰਲੈਂਡ ਸਾਰੀ ਦੁਨੀਆ ਦੇ ਵਿੱਚ ਮੈਂ ਘੁੰਮਦਾ ਰਹਿਣਾ ਐਸੀ ਕਮਾਲ ਦੀ ਸਥਿਤੀ ਐਸੀ ਖੂਬਸੂਰਤ ਸਥਿਤੀ ਐਸੀ ਤੁਹਾਡੀ ਕੰਟਰੀਬਿਊਸ਼ਨ ਹੁਣ ਤੁਸੀਂ ਸਕੂਲ ਬਣਾ ਰਹੇ ਹੋ ਔਰ ਉਹਨਾਂ ਨੂੰ ਤੁਸੀਂ ਮਾਡਰਨ ਐਜੂਕੇਸ਼ਨ ਦੇ ਰਹੇ ਹੋ ਮੁਸਲਮਾਨਾਂ ਵੱਧ ਕਿਤੇ ਵੱਧ ਆਬਾਦੀ ਆ ਮੁਸਲਮਾਨਾਂ ਦੀ ਅਮਰੀਕਾ ਤੇ ਕੈਨੇਡਾ ਚ ਔਰ ਇੱਥੇ ਕਿੰਨੀਆਂ ਕਿ ਮਸਜਿਦ 1 ਜਾਂ 2 ਜਾਂ 4-5 ਹੋਣਗੀਆਂ ਓਏ ਕਿਉਂ ਦੀ ਮਰ ਲਈ ਸੁਣਿਓ ਮੈਂ ਦੇਖਦਾ ਸੀ ਜਦੋਂ ਬੋਲ ਰਹੇ ਸੀ ਨਾ ਵੱਡੇ ਵੱਡੇ ਬੁਲਾ ਰਹੇ ਤੁਹਾਡੇ ਮਨ ਤੇ ਬਹੁਤ ਉਦਾਸੀ ਬੜੀ ਪਰੇਸ਼ਾਨੀ ਬੜੀ ਚਿੰਤਾ ਤੇ ਬੜੀ ਡੀਮੋਰਲਾਈਜੇਸ਼ਨ ਮਾਫ ਕਰਨਾ ਥਿੰਕ ਆਫ ਦਾ ਪੋਜ਼ਿਟਿਵ ਐਸਪੈਕਟ ਮੈਂ ਪੋਜ਼ਿਟਿਵਿਸਟ ਕਿਵੇਂ ਆ ਦਰਬਾਰ ਸਾਹਿਬ ਤੇ ਹਮਲਾ ਹੋਇਆ ਬੜੀ ਵੱਡਾ ਕਲੂਕਰ ਸਿੱਖਾਂ ਦਾ ਤਾਂ ਉਸ ਕਲੂਕਰੇ ਤੋਂ ਬਾਅਦ ਮੇਰੀ ਵਾਈਫ ਬਹੁਤ ਰੋਣ ਲੱਗ ਗਈ ਉਹ ਵੀ ਪੜਾਉਂਦੀ ਸੀ ਕਾਲਜ ਦੇ ਵਿੱਚ ਬਹੁਤ ਉਦਾਸ ਹੋ ਗਈ ਮੈਂ ਕਿਹਾ ਕੀ ਗੱਲ ਉਦਾਸ ਹੋਣ ਵਾਲੀ ਕਿਹੜੀ ਗੱਲ ਜੇ ਸਿੱਖਾਂ ਦੇ ਕੋਲ ਕੋਈ ਪੋਟੈਂਸ਼ੀਅਲ ਹੈ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਆਈਡੀਓਲੋਜੀ ਹੈ ਤਾਂ ਸਿੱਖ ਉਸ ਬਰਡ ਦੇ ਵਿੱਚ ਉੱਠਣਗੇ ਜਿਹਦੇ ਏਸ਼ਸ ਤੋਂ ਫਿਰ ਦੁਬਾਰਾ ਉੱਠ ਕੇ ਅਸਮਾਨ ਤੇ ਪਹੁੰਚ ਜਾਂਦਾ ਮੈਂ ਕਿਹਾ ਤੂੰ ਕਿਉਂ ਦੱਸ ਨਹੀਂ ਆਪਾਂ ਕਿਤਾਬ ਲਿਖਾਂਗੇ you have the patience ਮੈਂ ਜਦੋਂ ਫਿਰ ਉਸ ਕਿਤਾਬ ਦਾ ਟਾਈਟਲ ਦਿੱਤਾ ਨਾ ਉਹ ਹੈ ਇੰਡੀਆ ਕਮਿਟਸ ਸੁਇਸਾਈਡ ਇਹ ਤਾਂ ਗਲਤ ਇਹ ਤਾਂ ਉਹ ਸੁਇਸਾਈਡ ਕਰ ਲਿਆ ਇਹੋ ਜੀ ਪ੍ਰੋਡਕਟਿਵ ਕੌਮ ਇਹੋ ਜੇ ਕਮਾਲ ਦੇ ਲੋਕ ਜਿਨ੍ਹਾਂ ਦੀ ਕੰਟਰੀਬਿਊਸ਼ਨ ਹਰ ਫੀਲਡ ਦੇ ਵਿੱਚ ਚਾਹੇ ਤੁਸੀਂ ਡਿਫੈਂਸ ਲੈ ਲਓ ਚਾਹੇ ਤੁਸੀਂ ਐਗਰੀਕਲਚਰ ਲੈ ਲਓ ਚਾਹੇ ਤੁਸੀਂ ਇੰਡਸਟਰੀ ਲੈ ਲਓ ਚਾਹੇ ਕੋਈ ਖਿੱਤਾ ਲੈ ਲਓ ਘੱਟ ਤੋਂ ਘੱਟ 70 60% 50% ਇਸ ਤਰ੍ਹਾਂ ਦੀ 1.5 2% ਦੀ ਆਬਾਦੀ ਤਾਂ ਕਿਸ ਨੇ ਸੁਸਾਇਟੀ ਕਮਿਟ ਕੀਤਾ ਕੌਣ ਮਰਿਆ ਮਰੇ ਤਾਂ ਉਹ ਆ ਲੇਕਿਨ ਉਹਦੇ ਚ ਇੱਕ ਗੱਲ ਹੈ ਬਾਰੀਕ ਹੈ ਉਹ ਗੱਲ ਕਿਉਂਕਿ ਸਿੱਖ ਪੜਦਾ ਨਹੀਂ ਜਨਰਲੀ ਇਹ ਮੇਰਾ ਵੀ ਤੁਹਾਡੇ ਨਾਲ ਗੁੱਸਾ ਕਿ ਲੈ ਇਹ ਮੇਰੀ ਵੀ ਸ਼ਿਕਾਇਤ ਹੈ ਜਿਹੜਾ ਇਕਾਡ ਹੋਇਆ ਸਾਡਾ ਜਿਹੜਾ ਫਾਲ ਹੈ ਨਾ ਗ੍ਰੈਵਿਟ ਬਲੂ ਸਟਾਰ ਅਟੈਕ ਇਹ ਪ੍ਰੇਸ਼ਡੀਆਂ ਮਾਫ ਕਰਨਾ ਆਪਰੇਸ਼ਨ ਦਾ ਲਫ਼ਜ਼ ਨਹੀਂ ਇਹਨੇ ਯੂਜ਼ ਕਰਿਓ ਜਿਹੜਾ ਆਪਰੇਸ਼ਨ ਦਾ ਲਫ਼ਜ਼ ਯੂਜ਼ ਕਰਦਾ ਦੁਸ਼ਮਣ ਦਾ ਕੋਡਵਰਡ ਹੈ ਬਲੂ ਸਟਾਰ ਅਟੈਕ ਹੈ ਜਿਹੜਾ ਅਕੋਰਡ ਹੈ ਉਹ ਤੁਹਾਡਾ ਫਾਲ ਕਿਵੇਂ ਫਾਲ ਕੌਮਾ ਲੜਦੀਆਂ ਕੌਮਾ ਹਾਰਦੀਆਂ ਪਰ ਜਦੋਂ ਇਤਿਹਾਸ ਦੇ ਵਿੱਚ ਕੌਮਾ ਆਪ ਲਿਖ ਕੇ ਦੇ ਦਿੰਦੀਆਂ ਵੀ ਅਸੀਂ ਹਾਰੇ ਤੇ ਅਸੀਂ ਸਰੈਂਡਰ ਕਰਤਾ ਉਸ ਨੂੰ ਜਿਹੜੀ ਹਰ ਜਾਂਦੀ ਹੈ ਉਹ ਡੀਮੈਰਲਾਈਜੇਸ਼ਨ ਦਾ ਸਿੰਬਲ ਹੈ ਹੁਣ ਮੈਂ ਇਹ ਗੱਲ ਨੂੰ ਛੱਡ ਦਿੰਦਾ ਕਿਉਂਕਿ ਅੱਜ ਦਾ ਟੌਪਿਕ ਜਿਹੜਾ ਮੇਰਾ ਹੋਰ ਸੀ ਔਰ ਮੈਨੂੰ ਤੁਹਾਡੇ ਬਾਰੇ ਫਿਕਰ ਸੀ ਮੈਨੂੰ ਸਿੱਖਾਂ ਦਾ ਫਿਕਰ ਰਹਿੰਦਾ ਮੈਂ ਸਿੱਖਾਂ ਦਾ ਫਿਕਰ ਆਪਣੇ ਸਿਰ ਦੇ ਉੱਤੇ ਆਪਣੇ ਦਿਲ ਦੇ ਉੱਤੇ ਲਈ ਫਿਰਦਾ ਰਹਿੰਦਾ ਇਹਨਾਂ ਨੇ ਮੈਨੂੰ ਇੱਕ ਬੜਾ ਖਤਰਨਾਕ ਟੌਪਿਕ ਦਿੱਤਾ ਇਹਨਾਂ ਨੇ ਡਾਕਟਰ ਸਾਹਮਣੇ ਬਲਕਾਰ ਸਿੰਘ ਨੇ ਮੈਨੂੰ ਫੋਨ ਤੇ ਕਿਹਾ ਵੀਰ ਕਹਿੰਦੇ ਆ ਜੀ ਤੁਸੀਂ ਖਾਲਸਾ ਪੰਥ ਅਤੇ ਵਿਪਰਵਾਦ ਦੇ ਉੱਤੇ ਲਿਖੋ ਮੇਰਾ ਜਿਹੜਾ ਕਰਾਫਟ ਉਹ ਡਿਫਰੈਂਟ ਆ ਮੈਂ ਉਸੇ ਦਿਨ ਤੋਂ ਕਿ ਪੇਪਰਾ ਮੇਰੇ ਮਿਹਰਬਾਨ ਵੀ ਆ ਫਿਰ ਡਾਕਟਰ ਨਿਹਾਲ ਸਾਹਿਬ ਦੇ ਫੋਨ ਆਉਣ ਲੱਗੇ ਕਹਿੰਦੇ ਤੁਸੀਂ ਇਸੇ ਤੇ ਹੀ ਲਿਖਣਾ ਮੈਂ ਕਿਹਾ ਜੀ ਤੇ ਇਹ ਜਿਹੜਾ ਬੋਲਿਆ ਨਾ ਟੋਪਿਕ ਜੇ ਉਹਦੇ ਤੇ ਮੈਂ ਬੋਲਣਾ ਹੁੰਦਾ ਫਿਰ ਮੈਨੂੰ ਬਹੁਤੀ ਤਿਆਰੀ ਕਰਨੀ ਨਹੀਂ ਸੀ ਪੈਣੀ ਪਰ ਖੈਰ ਐਨੀ ਹੋ ਬਿਪਰਵਾਦ ਹੈ ਕੀ ਚੀਜ਼ ਮੈਨੂੰ ਨਹੀਂ ਸੀ ਪਤਾ ਇਮਾਨਦਾਰੀ ਨਾਲ ਸਿੱਖ ਜਰੂਰ ਬੜੀਆਂ ਸਟੇਜਾਂ ਤੋਂ ਗੱਲ ਕਰਦੇ ਆ ਮਾ ਉਹੀਓ ਸੁਣ ਲੈਂਦਾ ਸੀ ਕੋਈ ਗੱਲ ਹੋਣੀ ਹੈ ਬਹਾਮਣਾ ਮੂੰਹ ਮਨ ਵਾਲੀ ਐਡੀ ਲੰਬੀ ਚੌੜੀ ਗੱਲ ਨਹੀਂ ਮੈਂ ਜਦੋਂ ਇਹਨਾਂ ਨੇ ਮੈਨੂੰ ਟੌਪਿਕ ਦਿੱਤਾ ਮੈਂ ਡਾਕਟਰ ਸਾਹਿਬ ਨਾਲ ਟੈਲੀਫੋਨ ਤੇ ਵੀ ਗੱਲ ਕੀਤੀ ਮੈਂ ਕਿਹਾ ਤੁਸੀਂ ਤਾਂ ਪ੍ਰੋਫੈਸਰ ਰਿਲੀਜਨ ਦੇ ਹੋ ਹਿਸਟਰੀ ਦੇ ਪ੍ਰੋਫੈਸਰ ਰਿਟਾਇਰ ਹੋਇਆ ਮੇਰੀ ਇਹ ਸਟੱਡੀ ਨਹੀਂ ਹੈ ਇਹ ਥੀਮੈਟਿਕ ਸਟੱਡੀ ਆ ਇਹ ਰਿਲੀਜੀਅਨ ਦੀ ਸਟੱਡੀ ਆ ਦੱਸੋ ਤਾਂ ਸਹੀ ਇਹਦਾ ਮਤਲਬ ਇਹ ਵੀ ਕਹਿੰਦੇ ਬਾਹਮਣਾ ਮੂਮਣਾ ਵਾਲੀ ਗੱਲ ਆ ਇੰਨੀ ਕੀ ਗੱਲ ਕੇ ਮੈਂ ਜੀ ਫਿਰ ਉਸ ਤੋਂ ਬਾਅਦ ਮੈਂ ਕਿਹਾ ਵੀ ਨਹੀਂ ਸਵਾਦ ਨਹੀਂ ਆਇਆ ਗੱਲ ਕੋਈ ਹੋਰ ਆ ਇਹਨੂੰ ਕੁਖ ਇਹਦੀ ਤਹਿ ਤੱਕ ਜਾਈਏ ਇਹਦੀ ਜੜ ਤੱਕ ਜਾਈਏ ਤਾਂ ਮੈਂ ਸੰਸਕ੍ਰਿਤ ਦੇ ਪ੍ਰੋਫੈਸਰ ਕੋਲ ਗਿਆ ਉਹਨੂੰ ਕਿਹਾ ਮੈਂ ਕਿਹਾ ਜੀ ਆਪਣੀ ਡਿਕਸ਼ਨਰੀ ਆ ਐਨਸਾਈਕਲੋਪੀਡੀਆ ਚ ਦੇਖੋ ਕਿਤੇ ਵਿਪਰਵਾਦ ਹੈ ਉਹ ਕਹਿੰਦੇ ਜੀ ਮੈਂ ਉਹਨਾਂ ਕੋਲ ਬੈਠੇ ਮੇਰੇ ਦੋਸਤ ਆ Hindu ਆ Brahmin ਉਹ ਦੇਖਣ ਲੱਗ ਗਏ ਉਹ ਸਮਝ ਗਈ ਆ ਕਹਿੰਦੇ ਡਾਕਟਰ ਸਾਹਿਬ ਹਲੇ ਸਬਰ ਨਹੀਂ ਆਇਆ ਮੈਂ ਕਿਹਾ ਨਹੀਂ ਮੈਂ ਕੁਝ ਮੈਂ ਵੀ ਮੇਰੇ ਦੋਸਤ ਆ ਯਾਰ ਦੋਸਤ ਆ ਸੀ ਉਹ ਮੈਂ ਉਹਨਾਂ ਨੂੰ ਕਿਹਾ ਨਹੀਂ ਹਲੇ ਕੁਝ ਗੱਲ ਹੋ ਰਹੀਂਦੀ ਹੈ ਪ੍ਰਮਾਤਮਾ ਨੇ ਮੈਂ ਗੁਰੂ ਨੇ ਮੇਰੇ ਤੋਂ ਕਰਾਉਣੀ ਆ ਤੁਸੀਂ ਜਰਾ ਡਿਕਸ਼ਨਰੀ ਤੇ ਐਨਸਾਈਕਲੋਪੀਡੀਆ ਸੰਸਕ੍ਰਿਤ ਦੇ ਕਢੋ ਤਾਂ ਉਹਨਾਂ ਦੇ ਵਿੱਚੋਂ ਮੈਨੂੰ ਉੱਥੇ ਵੀ ਮੈਂ ਗੱਲ ਉਹ ਵੀ ਫਿਰ ਬਾਅਦ ਚ ਕਰੂੰਗਾ ਫਿਰ ਮੈਂ ਪਰਸ਼ਿੰਦ ਦਾ ਜਿਹੜਾ ਪ੍ਰੋਫੈਸਰ ਆ ਮੁਸਲਮਾਨ ਉਹਦੇ ਕੋਲ ਵੀ ਗਿਆ ਮੈਂ ਕਿਹਾ ਉੱਥੋਂ ਵੀ ਦੇਖੀ ਦੀ ਕੋਈ ਜੜ ਜੁੜ ਜੀ ਨਿਕਲਦੀ ਹੋਵੇ ਅਖੀਰ ਇਹ ਨਿਕਲਿਆ ਜੇ ਉਹਨੂੰ ਮੈਂ ਟ੍ਰਾਂਸਲੇਟ ਕਰਾਂ ਪਤਾ ਨਹੀਂ ਐਗਜ਼ੈਕਟਲੀ ਕਰ ਸਕੂੰਗਾ ਜਾਂ ਨਹੀਂ ਪਿਪਰੀਤ ਉਸ ਤੋਂ ਹੋਰ ਵੀ ਕੋਈ ਚੀਜ਼ ਹੈ ਉਸ ਦੇ ਨਾਲ ਲੱਗਦੀ ਕੋਈ ਹੋਰ ਵੀ ਚੀਜ਼ ਹੈ ਫਿਰ ਮੈਂ ਹਰਿੰਦਰ ਸਿੰਘ ਮਹਿਬੂਬ ਦੀ ਕਿਤਾਬ ਵੀ ਬਹੁਤ ਪੜ੍ਹੀ ਆਪਣੇ ਕਰਮਜੀਤ ਤੋਂ ਲੈ ਕੇ ਬਹੁਤ ਉਹਨੂੰ ਦੇਖਿਆ ਕਿਉਂਕਿ ਉਹਨੇ ਇਹ ਗੱਲ ਬਹੁਤ ਡਿਟੇਲਸ ਡਿਸਕਸ ਕੀਤੀ ਹੁਣ ਇੱਥੇ ਗੱਲ ਇਹ ਆ ਕਿ ਕਾਨਿਕ ਨੇ ਦੇਖੋ ਮੈਂ ਤੁਹਾਨੂੰ ਛੋਟੀਆਂ ਕਹਾਣੀਆਂ ਵੀ ਸੁਣਾਉਂਗਾ ਤੁਹਾਡੀ ਦਿਲਚਸਪੀ ਵੀ ਕਰਾਉਂਗਾ ਔਰ ਤੁਹਾਨੂੰ ਗੱਲ ਸਮਝਾਉਣ ਦੀ ਵੀ ਕੋਸ਼ਿਸ਼ ਕਰੂੰਗਾ ਗੁਰੂ ਨਾਨਕ ਦਾ ਕ ਰੈਵਲੂਸ਼ਨ ਸੋਸਾਇਟੀਲ ਰਿਲੀਜਨ ਸਮਾਜਿਕ ਧਰਮ ਹੈ ਦੋ ਕਿਸਮ ਦੇ ਧਰਮਾ ਦੁਨੀਆ ਦੇ ਵਿੱਚ ਜਿਨ੍ਹਾਂ ਨੂੰ ਜਿਹੜੇ ਪ੍ਰੋਫੈਸਰਸ ਆਫ ਰਿਲੀਜਨ ਆ ਉਹਨਾਂ ਨੇ ਡਿਵੀਜ਼ਨ ਕੀਤੀ ਇੱਕ ਹੈ ਸਾਲਵੇਸ਼ਨ ਰਿਲੀਜੀਅਨਸ ਮੁਕਤੀ ਦੇ ਧਰਮ ਉਹ ਇੰਡੀਵਿਜੂਅਲ ਰਿਲੀਜੀਅਨਸ ਹੁੰਦੇ ਆ ਦੂਸਰੇ ਹੈ ਸੋਸਾਇਟਲ ਰਿਲੀਜੀਅਨਸ ਉਹ ਹੁੰਦੇ ਆ ਸਮਾਰਮ ਜਿਹੜੇ ਸਮਾਜ ਦੇ ਵਿੱਚ ਤਬਦੀਲੀ ਲਿਆਉਂਦੇ ਆ ਚੇਂਜਸ ਲਿਆਉਂਦੇ ਆ ਰੈਵੋਲੂਸ਼ਨ ਲਿਆਉਂਦੇ ਆ ਗੁਰੂ ਨਾਨਕ ਇੱਕ ਬਹੁਤ ਬੜਾ ਰੈਵੋਲੂਸ਼ਨਰੀ ਸੀ ਮਾਫ ਕਰਨਾ ਮੈਂ ਤਾਂ ਉਹਨੂੰ ਬਹੁਤਾ ਸਮਝ ਨਹੀਂ ਸਕਿਆ ਪਰ ਮੈਂ ਕੋਸ਼ਿਸ਼ ਜ਼ਰੂਰ ਕਰਦਾ ਮੇਰਾ ਇਸ਼ਕਾ ਗੁਰੂ ਨਾਨਕ ਦੇ ਨਾਲ ਗੁਰੂ ਨਾਨਕ ਦੀ ਅੱਜ ਤੱਕ ਕੋਈ ਸਿੱਖ ਤਸਵੀਰ ਨਹੀਂ ਬਣਾ ਸਕਿਆ ਜਿਹੜੀਆਂ ਤਸਵੀਰਾਂ ਤੁਸੀਂ ਦੇਖਦੇ ਹੋ ਉਹ ਸੋਭਾ ਸਿੰਘ ਦੀਆਂ ਤਸਵੀਰਾਂ ਉਹ ਗੁਰੂ ਨਾਨਕ ਦੀ ਤਸਵੀਰ ਨਹੀਂ ਹੈ ਕਿਉਂ ਨਹੀਂ ਹੈ ਉਸ ਦੇ ਉੱਤੇ ਮੈਂ ਕ੍ਰਿਟਿਕ ਦਿੱਤਾ ਸੀ ਇੱਕ ਵਾਰੀ ਇੰਸਟੀਚਿਊਟ ਆਫ ਸਿਕ ਸਟੱਡੀਜ਼ ਚੋਂ ਦੱਸਦਾ ਕੀ ਚੀਜ਼ ਹੈ ਗੁਰੂ ਨਾਨਕ ਚਿੰਤਤ ਹੀ ਇਸ ਵਰੀਡ ਹੀ ਇਸ ਕਨਸਰਨਡ ਹੀ ਇਨਵੋਲਡ ਹੀ ਇਸ ਅਪਸੈਟ ਜਿਸ ਦਾ ਤੁਸੀਂ ਪਹਿਲਾਂ ਸੀਗੇ ਕਿਸ ਗੱਲ ਤੇ ਅਪਸੈਟ ਹੈ ਕਿ ਇਤਨੀ ਜ਼ਾਤੀ ਐਡੇ ਵੱਡੇ ਸਮਾਜ ਦੇ ਵਰਗ ਦੇ ਨਾਲ 45 50% ਵਰਗਾ ਲਤਾੜਿਆ ਗਿਆ ਕੁਚਲਿਆ ਗਿਆ ਦਬਾਇਆ ਗਿਆ ਐਕਸਪਲੋਇਟ ਕੀਤਾ ਗਿਆ ਹਾਊ ਕੈਨ ਹੀ ਕਲੋਸ ਹਿਸ ਆਈਸ ਐਂ ਕਰਕੇ ਜਿਵੇਂ ਬਣਾਈ ਵੀ ਨਾ ਫੋਟੋ ਉਹ ਕਿਵੇਂ ਹੋ ਸਕਦਾ ਸੰਤੁਸ਼ਟ ਕਿਵੇਂ ਸੈਟੀਸਫਾਈਡ ਹੋ ਸਕਦਾ ਹੀ ਮਸਟ ਬੀ ਅ ਵੈਰੀ ਅਡਮਾਈਂਡ ਹੀ ਮਸਟ ਬੀ ਵੈਰੀ ਅਪਸੈਟ ਉਹਨੂੰ ਨੀਂਦ ਕਿਦਵੇਂ ਆਉਂਦੀ ਹੁਣ ਇਹ ਨॉर्मਲ ਨੀਂਦੇ ਨਹੀਂ ਆਉਂਦੀ ਹੁਣੀ ਜੋ ਕਨਸਰਨਡ ਜੋ ਸੈਂਸਿਟਿਵ ਹੈ ਜੋ ਉਸ ਗੱਲ ਦੇ ਵਿੱਚ ਇਨਵੋਲਡ ਹੈ ਕਿਸ ਗੱਲ ਦੇ ਵਿੱਚ ਇਨਵੋਲਡ ਹੈ ਕਿ ਉਹ 3000 3500 ਜਿਸ ਤਰ੍ਹਾਂ ਇਹਨਾਂ ਨੇ ਕਿਹਾ ਦਵਿੰਦਰ ਸਿੰਘ ਮਨ